47 ਤੋਂ ਸ਼ਾਇਦ ਪਹਿਲਾਂ ਦੀ ਇੱਕ ਨਹਿਰ ਆ ਇਸ ਬੰਨੇ, ਤੁਹਾਨੂੰ ਉਹ ਵੀ ਵਿਖਾਉਣਾ। ਇਹ ਵੀ ਰਾਣੀਆਂ ਦਾ ਹੀ ਇੱਕ ਪਾਰਟ ਆ, ਆ ਨਹਿਰ ਵਾਲਾ ਬੰਨਾ ਹੈ। ਆ ਸੜਕ ਬਣ ਰਹੀ ਨਵੀਂ ਆ, ਲੇਬਰ ਬੈਠੀ ਆ ਸਾਰੀ ਸੜਕ ਬਣਾਉਣ ਵਾਲੀ, ਆ ਨਵੀਂ ਸੜਕ ਬਣਦੀ ਹੁਣ। ਆ ਨਹਿਰ ਆ ਗਈ ਹੁਣ, ਆ ਜਿਹੜੀ ਹੁਣ ਤਾਂ ਸੁੱਕੀ ਪਈ ਆ, ਪਾਣੀ ਬੰਦ ਹੋ ਗਿਆ। ਆ ਨਹਿਰ ਹੈ ਜੀ, ਨਵਾਂ ਰੋਡ ਬਣਾਤਾ ਹੈ। ਅੱਜ ਮੌਸਮ ਬੜਾ ਵਧੀਆ ਹੈ, ਬੜਾ ਪਿਆਰਾ ਜਿਹਾ ਮੌਸਮ ਆ। ਇੱਧਰ ਜਿਹੜੀਆਂ ਚੱਕੀਆਂ ਇਸ ਬੰਨੇ ਜਿੱਧਰ ਆਟਾ ਉੱਟਾ ਭਿਉਂਦੇ ਹਾਂ, ਇਸ ਬੰਨੇ ਉਹ ਆ ਗਈਆਂ। ਇੱਧਰ ਕੋਈ ਇਹ ਵੀ ਇੱਕ ਵਿੱਚੋਂ ਬਾਜ਼ਾਰ ਆ, ਮੈਂ ਬਾਜ਼ਾਰਾਂ ਦੇ ਵਿੱਚੋਂ ਦੀ ਤੁਹਾਨੂੰ ਕੁਛ ਵੀਡੀਓ ਤੁਹਾਨੂੰ ਬਣਾ ਕੇ ਭੇਜਦਾ। ਇੱਧਰ ਪੀਜੇ ਪੂਜੇ ਦੀਆਂ ਦੁਕਾਨਾਂ ਹੋਰ ਵੀ ਹੈਗੀਆਂ, ਕਈ ਖਾਣ ਪੀਣ ਦੀਆਂ। ਜ਼ਿਆਦੀਆਂ ਪੀਜ਼ੇ ਦੀ ਦੁਕਾਨਾਂ ਐਸ ਬੰਨੀ ਆ, ਕੁਛ ਵੀ ਫਾਸਟ ਫੂਡ ਜੋ ਵੀ ਖਾਣਾ। ਇਹ ਜਿਹੜਾ ਮੇਨ ਚੌਂਕ ਆ ਭਗਤ ਸਿੰਘ ਚੌਂਕ, ਸ਼ਹੀਦ ਭਗਤ ਸਿੰਘ ਦੇ ਨਾਮ ਤੋਂ ਇਹ ਚੌਂਕ ਆ, ਇਹ ਮੇਨ ਚੌਂਕ ਇਹ ਆ। ਅਤੇ ਆ ਗਿਆ ਬਾਜ਼ਾਰ, ਫਿਰ ਇੱਥੇ ਪੁਰਾਣੀ ਇੱਕ ਮਸਜਿਦ ਆ, ਅਜੇ ਵੀ ਦੋ ਤਿੰਨ ਮਸਜਿਦਾਂ ਹੈਗੀਆਂ। ਇੱਕ ਤਾਂ ਇੱਥੇ ਆਊਗੀ ਹੁਣ, ਮੈਂ ਤੁਹਾਨੂੰ ਵਿਖਾਉਂਦਾ। ਅੱਜ ਤਾਂ ਝੰਡੇ ਲੱਗੇ ਨਾ, ਇੱਥੇ ਮਸਜਿਦ ਸੀ, ਹੁਣ ਇੱਥੇ ਮੁਸਲਮਾਨ ਭਰਾ ਤਾਂ ਕੋਈ ਰਹਿੰਦਾ ਨਹੀਂ। ਆਹ ਜਿਹੜੀ ਸੀਗੀ ਮਸਜਿਦ ਪੁਰਾਣੀ, ਆਹ ਜਿਹੜਾ ਸ਼ਿੰਗਾਰਿਆ ਜਿਹਾ ਬਣਾਇਆ, ਅਤੇ ਬਾਜ਼ਾਰ 'ਚ ਅੱਜ ਪੂਰੀ ਰੌਣਕ ਆ। ਕੋਈ ਨਵੀਆਂ ਦੁਕਾਨਾਂ ਪੈਣ ਦੀਆਂ, ਕੁਛ ਕਿਵੇਂ ਆ ਅੱਗੇ ਕੇ ਆ, ਜਵਾਕਾਂ ਦੀ ਪੈਣ ਜਾ ਰਹੀ ਆ। ਇੱਧਰ ਕੱਪੜੇ ਦੀਆਂ ਸੌਦੇ ਦੀਆਂ, ਇੱਕ ਇੱਧਰ ਨਾ ਜੀ ਬੜਾ ਮਸ਼ਹੂਰ ਪੰਸਾਰੀ ਦੁਕਾਨ ਹੈ ਨੱਥੂ ਰਾਮ, ਆ ਉਹਨਾਂ ਦੀ ਦੁਕਾਨਾਂ ਕਾਫੀ ਜ਼ਿਆਦਾ, ਉਹ ਜਿਹੜੇ ਪਾਕਿਸਤਾਨ ਗਏ ਮਾਈਗ੍ਰੇਟ ਹੋ ਕੇ, ਉਹਨਾਂ ਦਾ ਬੜਾ ਇਹਨਾਂ ਨਾਲ ਸਹਿਚਾਰ ਸੀਗਾ। ਇਹ ਜਿਹੜਾ ਹੁਣ ਵਿਚਲਾ ਬਾਜ਼ਾਰ ਮੇਨ ਆ, ਜਿਹੜਾ ਆਪਣਾ ਰਾਣੀਆਂ ਭਗਤ ਸਿੰਘ ਚੌਂਕ ਤੋਂ ਲੈ ਕੇ ਪੰਪ ਤਿੱਕਰ, ਬਾਕੀ ਤੁਹਾਡੇ ਵਰਗੇ ਹੀ ਆ,
ਸੇਮ ਹੀ ਜਿਵੇਂ ਲਹਿੰਦਾ ਪੰਜਾਬ ਹੈ ਉਵੇਂ ਹੀ ਚੜ੍ਹਦਾ ਪੰਜਾਬ ਹੈ, ਕੋਈ ਐਡਾ ਫਰਕ ਨਹੀਂ ਹੈਗਾ, ਜਮਾਂ ਹੀ ਸੇਮ ਆ। ਖਾਣਾ ਪੀਣਾ ਰਹਿਣਾ ਉੱਠਣਾ ਬਹਿਣਾ ਸਭ ਸੇਮ ਆ, ਸਿਰਫ ਫਰਕ ਆ ਤਾਂ ਇਕੱਲੇ ਦੋ ਦੇਸ਼ ਬਣ ਗਏ ਆ, ਹੋਰ ਕੋਈ ਫਰਕ ਨਹੀਂ ਗਾ। ਬਾਕੀ ਹੋਰ ਵੀ ਵੀਡੀਓ ਬਣਾ ਬਣਾ ਕੇ, ਕੋਈ ਸਰਸੇ ਦਾ ਰਾਣੀਆਂ ਦਾ ਕੋਈ ਹੋਰ ਭਰਾ ਹੋਵੇ ਤਾਂ ਦੱਸਿਓ, ਉਹਨਾਂ ਦੀ ਹੋਰ ਵੀਡੀਓ ਬਣਾ ਕੇ ਮੈਂ ਭੇਜਾਂਗਾ। ਚਲੋ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ, ਅੱਲਾ ਹਾਫਿਜ਼। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ ਸਾਰੇ ਲਹਿੰਦੇ ਪੰਜਾਬ ਵਾਲੇ ਭਰਾਵਾਂ ਨੂੰ। ਅਤੇ ਆਹ ਵੇਖ ਲਓ ਜੀ, ਜਿਹੜੇ ਰਾਣੀਆਂ ਤੋਂ ਮਾਈਗ੍ਰੇਟ ਹੋ ਕੇ ਪਾਕਿਸਤਾਨ ਗਏ ਸੀ, ਰਾਣੀਆਂ ਸ਼ਹਿਰ, ਉਦੋਂ ਤਾਂ ਪਿੰਡ ਸੀ, ਹੁਣ ਤਾਂ ਸ਼ਹਿਰ ਬਣ ਗਿਆ। ਹੁਣ ਤਾਂ ਆਹ ਜਿਹੜਾ ਮੇਨ ਬਾਜ਼ਾਰ ਇਹ ਆ, ਇੱਧਰ ਖਾਲ ਖੁਲ ਦੀਆਂ ਦੁਕਾਨਾਂ ਸਾਰੀਆਂ ਹੀ, ਆਹ ਮੋਟਰਸਾਈਕਲ ਏਜੰਸੀਆਂ ਹੈ। ਜਿਹੜੇ ਇੱਧਰ ਮੋਟਰਸਾਈਕਲ ਸਹੀ ਸਹੀ ਹੁੰਦੇ ਆ, ਇੱਧਰ ਇਹ ਏਜੰਸੀਆਂ ਹੈ। ਇੱਧਰ ਲੱਕੜ ਦੇ ਜਿਵੇਂ ਆ ਰਹੇ ਹੁੰਦੇ ਆ ਉਹ ਆ, ਇਹ ਜਿਹੜਾ ਸਰਸੇ ਨੂੰ ਰਾਹ ਜਾਂਦਾ ਹੈ ਉਹ ਆ ਰਾਣੀਆਂ ਤੋਂ ਸਰਸਾ ਜਿਹੜਾ। ਆਹ ਗੁਰਦੁਆਰਾ ਸਾਹਿਬ ਆ, ਅਤੇ ਆਹ ਜਿਹੜਾ ਆਹ ਅਗਲੇ ਬੰਨੇ ਆ ਗਈਆਂ ਜਿਹੜੀਆਂ ਦੁਕਾਨਾਂ ਸੀਮਿੰਟ ਸੂਮਟ ਵਾਲੀਆਂ, ਇਹ ਛੋਟਾ ਬੱਸ ਅੱਡਾ ਇੱਥੇ, ਛੋਟਾ ਜਿਹਾ ਇਹ ਅਗਲੇ ਬੰਨੇ ਮੇਨ ਬੱਸ ਅੱਡਾ, ਇੱਧਰ ਛੋਟਾ, ਇੱਥੇ ਵੀ ਆ ਕੇ ਬੱਸਾਂ ਖਲੋਂਦੀਆਂ। ਇਹਤੋਂ ਬਾਅਦ ਆਹ ਜਿਹੜੀਆਂ ਆ ਗਈਆਂ ਦੁਕਾਨਾਂ ਲੋਹੇ ਵਾਲੀਆਂ, ਕੁਛ ਵੀ ਲੋਹੇ ਦੇ ਰਿਲੇਟਿਵ ਸਮਾਨ ਜਿਹੜਾ ਇੱਥੋਂ ਮਿਲਦਾ ਹੈ। ਇਸ ਬੰਨੇ ਫਿਰ ਮੋਟਰਸਾਈਕਲ ਸਹੀ ਸਹੀ ਕਰਨ ਵਾਲਾ, ਆਹ ਖਾਦ ਦੀਆਂ ਦੁਕਾਨਾਂ ਜਿੱਥੋਂ ਖਾਦ ਮਿਲਦੀ ਆ। ਇਹ ਇੱਧਰ ਆ ਗਿਆ ਪੰਪ, ਪੈਟਰੋਲ ਪੰਪ ਇੰਡੀਅਨ ਆਇਲ। ਇਹ ਕੁਛ ਐ ਨੂੰ ਜਾਂਦਾ ਰਾਹ, ਇਹ ਜਿਹੜਾ ਸਿੱਧਾ ਰਾਹ ਇਹ ਇਹ ਜਾਂਦਾ ਹੁਣ ਸਰਸੇ ਨੂੰ। ਆਹ ਹੋਟਲ ਆ ਕੇ ਖਾਣ ਪੀਣ ਵਾਲੀਆਂ ਸਾਰੀਆਂ ਦੁਕਾਨਾਂ, ਜਿੰਨੇ ਵੀ ਫਿਰ ਇੱਕ ਗੁਰਦੁਆਰਾ ਸਾਹਿਬ ਆ ਗਿਆ, ਗੁਰਦੁਆਰਾ ਸਾਹਿਬ ਆ।
ਇੱਥੇ ਵੀ ਜਿਵੇਂ ਗੱਡੀਆਂ ਸਹੀ ਹੋਣ ਆਉਂਦੀਆਂ, ਜਿਵੇਂ ਜਿੰਨੇ ਵੀ ਉਹ ਮਾਰਕੀਟ ਆ ਗਈ ਆ, ਇਸ ਬੰਨੇ ਗੱਡੀਆਂ ਗੁੱਡੀਆਂ ਸਹੀ ਹੁੰਦੀਆਂ, ਕਾਰਾਂ ਕੂਰਾਂ ਜਿੰਨੀਆਂ ਵੀ। ਇਹ ਬੱਸ ਅੱਡਾ ਆ ਗਿਆ ਮੇਨ, ਇਹ ਵੀ ਹੁਣ ਬਣ ਦਿਆ ਨਵਾਂ ਬਣਾਉਣ ਦੇ, ਹੁਣ ਸਰਕਾਰ ਕਾਫੀ ਪੈਸਾ ਲਾਉਣ ਦੀ, ਇੱਥੇ ਵੀ ਹੁਣ ਦੁਬਾਰੇ ਬਣ ਦਿਆ। ਅਗਲੇ ਬੰਨੇ ਇੱਥੇ ਹੁਣ ਦਾਣਾ ਮੰਡੀ ਜਿੱਥੇ ਅਸੀਂ ਫਸਲਾਂ ਵੇਚਦੇ ਹਾਂ, ਉਹ ਚੀਜ਼ ਆਏਗੀ। ਹੁਣ ਅੱਜ ਰਾਤ ਬਰਸਾਤ ਹੋ ਗਈ, ਠੀਕ ਆ, ਸੜਕ ਦੇ ਉੱਤੇ ਵੀ ਪਾਣੀ ਖੜ੍ਹਾ, ਰਾਤ ਵਾਹਵਾ ਬਰਸਾਤ ਹੋ ਗਈ ਆ। ਇਹ ਹੁਣ ਆ ਗਈ ਆਪਣੀ ਦਾਣਾ ਮੰਡੀ, ਹੁਣ ਪਤਾ ਨਹੀਂ ਤੁਸੀਂ ਇਹਨੂੰ ਕੀ ਕਹਿੰਦੇ ਹੋ, ਇਹਦੇ ਦਾਣਾ ਮੰਡੀ ਕਹਿੰਦੇ ਆ ਜਿੱਥੇ ਫਸਲਾਂ ਵੇਚਦੇ। ਚਲੋ ਜੀ, ਇਹ ਦਾਣਾ ਮੰਡੀ ਸਾਰੀ ਹੁਣ ਤਾਂ ਖਾਲੀ ਪਈ ਆ, ਜਮਾਂ ਹੀ ਖਾਲੀ ਆ, ਕਿਉਂਕਿ ਅਜੇ ਫਸਲਾਂ ਦਾ ਟਾਈਮ ਨਹੀਂ ਹੋਇਆ। ਅਗਲੇ ਮਹੀਨੇ ਫਸਲਾਂ ਦਾ ਟਾਈਮ ਹੋਏਗਾ, ਉਦੋਂ ਫਿਰ ਆਊਗੀ ਫਸਲਾਂ ਦੇ, ਫਿਰ ਤਾਂ ਭਰ ਜਾਂਦੀ ਆ। ਇਹ ਹਰਿਆਣੇ ਦੀ ਸਭ ਤੋਂ ਟੋਪ ਦੀ ਮੰਡੀਆਂ 'ਚ ਆਉਂਦੀ, ਸਭ ਤੋਂ ਜ਼ਿਆਦਾ ਮਹਿੰਗੀ ਫਸਲ ਇੱਥੇ ਹੀ ਵਿਕਦੀ ਆ, ਇਸ ਦਾਣਾ ਮੰਡੀ। ਇਹ ਸਿੱਧਾ ਵੀ ਇੱਧਰ ਵੀ ਹੁਣ ਤਾਂ ਟਰੱਕ ਟਰੁੱਕ ਖੜ੍ਹੇ ਆ, ਅਗਲੇ ਬੰਨੇ ਸ਼ੈੱਡ ਵੀ ਹੈਗੇ ਆ, ਤੁਹਾਨੂੰ ਵਿਖਾਉਣਾ ਇਹਨਾਂ ਕਰੋ। ਜਦੋਂ ਮੀਂਹ ਮੂੰਹ ਆ ਜਾਂਦਾ ਫਿਰ ਗੌਰਮੈਂਟ ਨੇ ਨਾ ਸ਼ੈੱਡ ਬਣਾਏ ਆ, ਉਹਦੇ ਥੱਲੇ ਫਸਲਾਂ ਹੀ ਰੱਖ ਲੈਂਦੇ ਹਾਂ। ਅਤੇ ਹੁਣ ਮੇਨ ਦਾਣਾ ਮੰਡੀ ਸਾਈਡ 'ਤੇ ਆੜਤੀ ਜਿਹੜੇ ਕਮਿਸ਼ਨ ਏਜੰਟ ਹੁੰਦੇ ਉਹਨਾਂ ਦੀ ਦੁਕਾਨਾਂ ਹੈ,